ਕਰਿਆ ਗਿਆ ਬਣ ਜਾ ਰਹੀ ਹੈ, ਬਣ ਜਾਏਗੀ, ਕੱਲ ਨੂੰ ਹੱਲ ਹੋਏਗਾ। ਮੈਂ ਉੱਥੇ ਜਾ ਰਿਹਾ ਮੋਦੀ ਸਾਹਿਬ ਦੀ ਸਰਕਾਰ ਦੇ ਬਣ ਦੇ ਮੌਕੇ ਤੇ। ਨਹੀਂ ਮੈਂ ਕੁਛ ਨਹੀਂ ਕਹਿਣਾ, ਇਹ ਪ੍ਰਾਈਮ ਮਿਨਿਸਟਰ ਦਾ ਪ੍ਰੋਗਰੇਟਿਵ ਹੁੰਦਾ, ਉਹਨਾਂ ਨੇ ਜੋ ਕਰਨਾ ਕਰਨਾ, ਜੋ ਉਹ ਕਰਨਗੇ ਸਾਨੂੰ ਮਨਜ਼ੂਰ ਹੈ। ਵੈਸੇ ਅਸੀਂ ਮਿਨਿਸਟਰੀਆਂ ਕਰਕੇ ਉਹਨਾਂ ਨਾਲ ਨਹੀਂ, ਸਾਡਾ ਸੰਬੰਧ ਬੜਾ ਪਿਆਰ ਅਤੇ ਸਤਿਕਾਰ ਦਾ। ਪਹਿਲੀ ਤਰੀਕ ਨੂੰ ਸ਼ਾਮ ਦੇ 6:30 ਵਜੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਵਾਸਤੇ, ਜਨਤਾ ਦਾ ਸ਼ੁਕਰੀਆ ਅਦਾ ਕਰਨ ਵਾਸਤੇ, ਕਿਉਂਕਿ ਪਾਰਲੀਮੈਂਟ ਦਾ ਸੈਸ਼ਨ ਹੈ, ਬੀਬੀ ਜੀ ਫਿਰ ਉੱਧਰ ਜਾਣਗੇ, ਬਾਦਲ ਕੀਰਤਨ ਦਰਬਾਰ ਹੋਏਗਾ। ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਹੁੰਮ ਹੁਮਾ ਕੇ ਦਰਸ਼ਨ ਦੇਣ ਅਤੇ ਬਾਅਦ 'ਚ ਲੰਗਰ ਹੋਏ। ਭਾਈ ਜਿਵੇਂ ਪਾਰਟੀ ਫੈਸਲਾ ਕਰੂਗੀ ਉਹ ਉਵੇਂ ਫੈਸਲਾ ਉਵੇਂ ਹੋਊਗਾ, ਕੋਈ ਮੈਂ ਨਹੀਂ ਕੋਈ ਫੈਸਲਾ ਕਰ। ਪਤਾ ਨਹੀਂ, ਮੈਨੂੰ ਨਹੀਂ ਪਤਾ। ਦੇਖੋ ਜਿਹੜਾ ਕਿਸਾਨ ਨੂੰ ਜਿਸ ਚੀਜ਼ 'ਚ ਫਾਇਦਾ ਹੋਵੇ ਉਹ ਫੈਸਲਾ ਕਰਨਾ ਚਾਹੀਦਾ। ਕਿਸਾਨ ਅਸਲੀ ਦਾ ਉਹਨੂੰ ਪਤਾ ਹੁੰਦਾ ਨਾ ਕਿ ਮੈਂ ਕਿਸ ਵੇਲੇ ਕਰਾਂ, ਮੈਨੂੰ 4 ਪੈਸੇ ਆ ਜਾਣ। ਸਰਕਾਰੀ ਅਫਸਰਾਂ ਨੂੰ ਕੀ ਪਤਾ ਹੁੰਦਾ? ਇਸ ਕਰਕੇ ਜਿਹੜਾ ਫੈਸਲਾ ਕਰਨਾ ਹੁੰਦਾ ਉਹ ਸਰਕਾਰ ਨੂੰ, ਜਿਹੜਾ ਜਿਹਦੇ ਨਾਲ ਫੈਸਲਾ, ਉਹਨਾਂ ਤੋਂ ਪੁੱਛ ਕੇ ਕਰਨਾ। ਹਾਂਜੀ, ਮੈਂ ਸਾਡੇ ਤਾਂ ਟਿਊਬਵੈਲ ਹੀ ਨਹੀਂ ਲੱਗਦਾ। ਵੇਖੋ ਜਾ ਕੇ ਵੇਖ ਲਓ, ਮੇਰਾ ਖਿਆਲ ਸਾਡੇ ਟਿਊਬਵੈਲ ਇੱਕ ਵੀ ਹੈ ਨਹੀਂ, ਸਬਸਿਡੀ ਅਸੀਂ ਕਾਹਦੀ ਵਰਤਣੀ ਹੈ। ਹਾਂਜੀ, ਅਰਜ਼ ਹੈ ਕਿ ਆਰ ਟੀ ਆਈ ਉਹਨਾਂ ਨੇ ਜੋ ਫੈਸਲਾ ਕਰਨਾ, ਅਮਰਿੰਦਰ ਨੇ ਜਿਹੜਾ ਆਖਣਾ ਉਹ ਕਰਨਾ। ਔਰ ਇਹ ਜਿਹੜਾ ਅਫਸਰ ਹੈ, ਦੇਖੋ ਇਹਨੂੰ ਜਿਹੜੀ ਕਾਂਸਟੀਟਿਊਸ਼ਨਲ ਬਾਡੀ ਹੈ, ਇਲੈਕਸ਼ਨ ਕਮਿਸ਼ਨ ਨੇ ਇੱਥੋਂ ਹਟਾਇਆ, ਇਹਦਾ ਮਤਲਬ ਉਹਨਾਂ ਨੂੰ ਇਹ ਹੈ ਨਾ ਕਿ ਇਹ ਯਕ ਤਰਫਾ ਬੰਦਾ, ਗਲਤ ਕੰਮ ਕਰ ਸਕਦਾ। ਅਤੇ ਇਹ ਕੀ ਵੱਧ ਤੋਂ ਵੱਧ, ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਮੈਨੂੰ ਕੈਦ ਕਰ ਦੇਣ ਜੇ ਉਹਨਾਂ ਨੇ, ਉਹਨਾਂ ਦਾ ਦਿਲ ਖੁਸ਼ ਹੁੰਦਾ ਤਾਂ ਮੈਨੂੰ ਤਾਂ ਕੈਦ ਕਰ ਦੇਣ, ਮੈਂ ਅੱਗੇ 15-16 ਸਾਲ ਕੱਟੀਏ ਹੋਰ ਕੱਟ ਦੂੰਗਾ। ਇਹ ਐਵੇਂ ਵਿੰਡਿਕਟਿਵ ਹਨ, ਗਲਤ ਕੰਮ ਇਹ ਲੋਕ ਜਿਹੜੇ ਸਾਨੂੰ ਆਉਂਦੇ ਆ, ਇਹਨਾਂ ਨੂੰ ਪੁੱਛੋ ਹਰਿਮੰਦਰ ਸਾਹਿਬ 'ਤੇ ਹਮਲਾ ਹੋਇਆ 84 ਦੇ ਕਲਮ, ਇਹ ਨਹੀਂ ਕੋਈ ਗੱਲ, ਐਵੇਂ ਕਹੀ ਜਾਣਗੇ ਸਾਡੇ ਕੋਈ ਨਹੀਂ। ਮੈਂ ਤਾਂ ਦਾ ਜਿਹਨੇ ਇਹੋ ਜਿਹਾ ਕੰਮ ਕੀਤਾ ਉਹਦਾ ਕੱਖ ਨਾ ਰਹੇ, ਦਰਬਾਰ ਸਾਹਿਬ ਜਾ ਕੇ ਖੜ੍ਹੇ ਹੋ ਕੇ ਆਖਦੇ ਨੇ, ਅਸੀਂ ਵੀ ਆਖਦੇ ਹਾਂ ਕਿ ਵੀ ਜੀ ਸੱਚੇ ਪਾਤਸ਼ਾਹ ਜਿਹੜੀ ਪਾਰਟੀ ਨੇ ਇਹੋ ਜਿਹਾ ਕੀਤਾ ਉਹਦਾ ਕੱਖ ਨਾ। ਉਹ ਜੀ ਪਤਾ ਨਹੀਂ ਕੀ ਕਰਨਾ ਉਹਨੇ, ਮੈਨੂੰ ਉਹਦੇ ਨਾਲ ਕੀਤਾ। ਚਲੋ, ਤੁਹਾਡੀ ਪਾਰਟੀ ਦੇ ਮਨਜਿੰਦਰ ਸਿੰਘ ਸਿਰਸਾ ਉਹ ਕਹਿ ਰਹੇ ਨੇ ਕਿ ਜਿਹੜਾ ਦਿੱਲੀ ਕਮੇਟੀ ਦਾ ਪੈਸਾ ਉਹ ਸਿਰਫ ਪੰਜਾਬ ਦੇ ਚੋਣਾਂ ਵਿੱਚ ਵਰਤਿਆ ਗਿਆ, ਤਾਂ ਕਰਕੇ ਨਹੀਂ ਕਿਸੇ